ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਅਟੈਂਡੀ ਮੈਂ ਤੁਹਾਡਾ ਸਵਾਗਤ ਹੈ। ਮੈਂ ਪਿੰਦਰ ਸਿੰਘ, ਤੁਹਾਡਾ ਦੋਸਤ ਅਤੇ ਹੋਸ਼ ਆਤਾ ਵਾਲੀ ਮੇਜਰ ਅਪਡੇਟ ਲੈ ਕੇ ਆਇਆ। ਇਹ ਅਪਡੇਟ ਦਿੱਤੀ ਗਈ ਹੈ ਤਰਨ ਆਦਰਸ਼ ਜੀ ਵੱਲੋਂ। ਜਾਂ ਦੋਸਤੋ, ਤਰਨ ਆਦਰਸ਼ ਨੇ ਦੱਸਿਆ ਕਿ ਨਵੀਂ ਹਾਲੀਵੁੱਡ ਮੂਵੀ ਜਿਸਦਾ ਟਾਈਟਲ ਹੈ ਡੂ ਲਿਟਲ, ਜਿਸ ਵਿੱਚ ਮੁੱਖ ਕਿਰਦਾਰ ਵਿੱਚ ਹਨ ਰੋਬਰਟ ਡਾਊਨੀ ਜੂਨੀਅਰ। ਜੀ ਹਾਂ ਦੋਸਤੋ, ਰੋਬਰਟ ਡਾਊਨੀ ਜੂਨੀਅਰ ਇਸ ਫਿਲਮ ਵਿੱਚ ਮੁੱਖ ਕਿਰਦਾਰ ਵਿੱਚ ਹਨ। ਇਹ ਫਿਲਮ 17 ਜਨਵਰੀ 2020 ਨੂੰ ਇੰਡੀਆ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਜੀ ਹਾਂ ਦੋਸਤੋ, ਇੱਕ ਬਹੁਤ ਹੀ ਸਪੈਸ਼ਲ ਫਿਲਮ ਹੈ ਕਿਉਂਕਿ ਇਹ ਜਾਨਵਰਾਂ 'ਤੇ ਬਣੀ ਗਈ ਹੈ ਕਿ ਉਹ ਕਿਵੇਂ ਜਾਨਵਰ ਦੀ ਭਾਸ਼ਾ, ਜੋ ਰੋਬਰਟ ਡਾਊਨੀ ਜੂਨੀਅਰ ਹਨ ਉਹ ਜਾਨਵਰ ਦੀ ਭਾਸ਼ਾ ਸਮਝਣ ਲੱਗ ਜਾਂਦੇ ਹਨ ਅਤੇ ਉਹਨਾਂ ਨੂੰ ਉਹਦੇ ਵਿੱਚ ਜਵਾਬ ਦਿੰਦੇ ਹਨ। ਅਤੇ ਦੋਸਤੋ, ਇੱਕ ਬਹੁਤ ਹੀ ਕ੍ਰੀਏਟਿਵ ਅਤੇ ਇੱਕ ਅਲੱਗ ਤਰ੍ਹਾਂ ਦੀ ਫਿਲਮ ਹੈ। ਇਸ ਤੋਂ ਪਹਿਲਾਂ ਮੈਨੂੰ ਜਿੱਥੇ ਯਾਦ ਆ 101 ਜੋ ਕੁੱਤੇ ਸੀਗੇ ਉਹਨਾਂ ਦੀ ਇੱਕ ਫਿਲਮ ਆਈ ਸੀ ਬਹੁਤ ਸਾਲ ਪਹਿਲਾਂ, ਉਹ ਵੀ ਬਹੁਤ ਹੀ ਜ਼ਬਰਦਸਤ ਫਿਲਮ ਸੀ। ਸੋ ਹੋ ਸਕਦਾ ਇਹ ਵੀ ਇੱਕ ਬਹੁਤ ਜ਼ਬਰਦਸਤ ਫਿਲਮ ਹੋਵੇ। ਸੋ ਦੋਸਤੋ, ਇਸ ਨੂੰ ਕੌਣ ਕੌਣ ਦੇਖਣ ਜਾ ਰਿਹਾ ਹੈ 17 ਜਨਵਰੀ 2020 ਨੂੰ, ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਤਾਂ ਜੋ ਤੁਹਾਨੂੰ ਬਾਲੀਵੁੱਡ ਅਤੇ ਪੋਲੀਵੁੱਡ ਦੀਆਂ ਲੇਟੈਸਟ ਅਤੇ ਰੈਗੂਲਰ ਅਪਡੇਟਸ ਮਿਲਦੀਆਂ ਰਹਿਣ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।